ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਬੰਬੀਹਾ ਭਾਈ, ਇਹ ਪਿੰਡ ਮੋਗੇ ਜ਼ਿਲ੍ਹੇ ਦਾ, ਇਹਨੂੰ ਤਹਿਸੀਲ ਬਾਘਾ ਪੁਰਾਣਾ ਪੈਂਦੀ ਹੈ। ਸੇਖਾ ਕਲਾਂ ਸਮਾਲਸਰ ਤੋਂ ਜਦੋਂ ਦੱਸੋ ਸੇਖਾ ਕਲਾਂ ਆਉਂਦੇ ਆ ਤਾਂ ਉਹ ਰੋਡ ਸਿੱਧਾ ਬੰਬੀਹੇ ਭਾਈ ਆ ਜਾਂਦਾ। ਬਰਗਾੜੀ ਵੀ ਇਹਦੇ ਨੇੜ ਹੈ, ਸੁਖਾਨੰਦ ਵੀ ਇਹਦੇ ਨੇੜ ਹੈ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ ਇਹ ਬੰਬੀਹੇ ਭਾਈ ਤੋਂ ਠੱਠੀ ਵਾਲਾ ਜਿਹੜਾ ਰੋਡ ਹੈ, ਇੱਥੋਂ ਸਾਹਮਣੇ ਦੱਸੋ ਜਿਹੜੀ ਡੇਕ ਹੈ ਕੁੱਪ ਦੇ ਨਾਲ, ਇੱਥੋਂ ਦੀ ਸੜਕ ਲੰਘਦੀ ਹੈ। ਇਸ ਠੱਠੀ ਵਾਲੀ ਸੜਕ ਦੇ ਉੱਤੇ ਬਾਈ ਦਾ ਘਰ ਹੈ, ਆਮ ਪਸ਼ੂ ਪਾਲਕ ਹੈ। ਸਾਹਮਣੇ ਤੁਸੀਂ ਪਸ਼ੂ ਦੇਖ ਰਹੇ ਹੋਵੋਗੇ ਜਿਹੜੇ ਵੀਰ ਕੋਲ ਘਰੇ ਰੱਖੇ ਹੋਏ ਆ। ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਝੋਟੀ ਵਿਕਾਊ ਕੀਤੀ ਹੈ, ਗੱਭਣ ਹੈ, ਸੂਣ ਵਾਲੀ ਹੈ, ਬਹੁਤ ਸੋਹਣਾ ਇਹਦਾ ਹਵਾਨਾ। ਦੱਸੋ ਥੋੜ੍ਹਾ ਜਿਹਾ ਪਹਿਲਣ ਪਸ਼ੂ, ਬਹੁਤੇ ਘਰਾਂ 'ਚ ਜੋ ਜਾਂਦੇ ਆ ਨਾ ਤਾਂ ਪਸ਼ੂ ਡਰਦੇ ਰਹਿੰਦੇ ਆ, ਪਰ ਜੇ ਤਾਂ ਤੁਹਾਨੂੰ ਹਵਾਨਾ ਅੱਜ ਦੇ ਟਾਈਮ 'ਚ ਦਿਖਾਵਾਂ ਤਾਂ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਹੈ। ਬਾਕੀ ਜੇ ਥਣ ਦੀ ਗੱਲ ਕਰਦੇ ਹਾਂ ਤਾਂ ਚੰਗਾ ਮੋਟਾ ਥਣ ਰੱਖਿਆ, ਉਮੀਦ ਹੈ ਦੁੱਧ ਵਾਲੀ ਸੋਹਣੇ ਵਾਲੀ ਨਿਕਲੂਗੀ। ਬਾਕੀ ਜਿਹਨੇ ਖਰੀਦਣੀ ਹੈ ਉਹਨੇ ਸਮਝਣਾ। ਸੋ ਆਓ ਡਿਟੇਲ ਇਹਦੀ ਪੁੱਛੀਏ, ਫਿਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ। ਪਸੰਦ ਜਿਹਨੂੰ ਆਜੂਗੀ ਤਸੱਲੀ ਕਰਨ ਲਈ ਉਹਨੂੰ ਇੱਥੇ ਆਉਣਾ ਪਊਗਾ। ਜਿਹੜਾ ਵੀਰ ਆ ਕੇ ਦੇਖ ਸਕਦਾ ਉਹੀ ਵੀਡੀਓ ਨੂੰ ਪੂਰੀ ਦੇਖਿਆ ਕਰੋ, ਕਿਉਂਕਿ ਪਸ਼ੂ ਸਾਹ ਵਾਲੀ ਚੀਜ਼ ਹੈ, ਮਾਲਕ ਦੇ ਘਰੇ ਤਸੱਲੀ ਕਰਕੇ ਖਰੀਦਣੀ ਚਾਹੀਦੀ ਹੈ। ਆਓ ਇਹਦੀ ਡਿਟੇਲ ਪੁੱਛਦੇ ਹਾਂ। ਸੋ ਦੋਸਤੋ ਇੱਕ ਵਾਰ ਹਵਾਨੇ ਦੀ ਜੱਜਮੈਂਟ ਮੈਂ ਤੁਹਾਨੂੰ ਹੋਰ ਕਰਵਾ ਦਿਆਂ, ਵੈਸੇ ਆਪਾਂ ਫਿਰ ਡਿਟੇਲ ਪੁੱਛਦੇ ਹਾਂ, ਕਿਉਂਕਿ ਇਹ ਜਦੋਂ ਤੋਰਾਂਗੇ ਫਿਰ ਪਸ਼ੂ ਡਰੇ ਨਾ। ਹੁਣ ਤੁਸੀਂ ਇਹਦਾ ਹਵਾਨਾ ਥੋੜ੍ਹਾ ਇੱਥੋਂ ਦੇਖੋ, ਇੱਦਾਂ ਦਾ ਰੁੱਖ ਇਹਦੇ ਹਵਾਨੇ ਦਾ ਇਸ ਟਾਈਮ ਦਾ ਜਿਹੜਾ ਹੈਗਾ, ਦਿਨ ਅਜੇ ਲੈਂਦੀ ਹੈ ਝੋਟੀ, ਚੰਗਾ ਹਵਾਨਾ ਤਿਆਰ ਕਰੂਗੀ। ਆਓ ਇਨਫੋਰਮੇਸ਼ਨ ਆਪਾਂ ਲੈ ਲੈਂਦੇ ਹਾਂ। ਥਣ ਦਾ ਸਾਇਜ ਵੀ ਹੁਣ ਕਲੀਅਰ ਦਿਸਦਾ ਤਾਂ ਤੁਸੀਂ ਨੋਟ ਕਰ ਲਿਓ, ਜੇ ਇੱਕੋ ਜੇ ਥਣ ਅਗਲੇ ਥਣਾਂ 'ਚ ਵਿੱਥੀ ਵੱਧ ਦਿਸਦੀ ਹੈ। ਕਾਰਨ ਇਹ ਹੈ ਵੀ ਅਜੇ ਇਹਨੇ ਹਵਾਨਾ ਅੱਗੋਂ ਜ਼ਿਆਦਾ ਭਰਿਆ ਹੋਇਆ, ਪਿਛਾਓ ਇਹਨੇ ਹਵਾਨਾ ਬਣਾਉਣਾ ਸ਼ੁਰੂ ਕੀਤਾ। ਵਿੱਥੀ ਪਿਛਲੇ ਥਣਾਂ 'ਚ ਵੀ ਸੋਹਣੀ ਰੱਖੂਗੀ। ਆਓ ਡਿਟੇਲ ਪਹਿਲਾਂ ਪੁੱਛ ਲਈਏ। ਅੰਕਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਿਓ ਜੀ ਆਪਣਾ। ਸੁਵੀਰ ਸਿੰਘ ਜੀ। ਅੰਕਲ ਅੱਜ ਇੱਕ ਝੋਟੀ ਵੇਚਣ ਲੱਗੇ ਆ ਜੀ। ਹਾਂਜੀ। ਕਰਦੀ ਹੈ ਜਾਂ ਖਰੀਦੀ ਵੀ ਹੈ? ਖਰੀਦੀ ਹੈ ਜੀ, ਝੋਟੀ ਲਈ ਜਿੰਨਾ ਨੇ। ਨਿੱਕੀ ਹੁੰਦੀ ਕੱਟੀ ਖਰੀਦੀ ਸੀ? ਹਾਂਜੀ ਨਿੱਕੀ ਹੁੰਦੀ ਕੱਟੀ। ਠੀਕ ਹੈ, ਪਹਿਲਾ ਸੂਆ ਸੁੰਦੀ ਹੈ? ਪਹਿਲਾ ਸੂਆ ਸੁੰਦੀ ਹੈ ਜੀ। ਉਮਰ ਅੰਦਾਜ਼ਾ ਜਾਂ ਕਿੰਨੀ ਕੁ ਹੋਊਗੀ ਜੀ? 3 ਸਾਲ ਦੇ ਪਾਸੇ ਬੁਸੇ ਜੀ। ਠੀਕ ਹੈ, 3 ਸਾਲ ਦੇ ਆਸ-ਪਾਸ ਹੋਊਗੀ। ਹਾਂਜੀ। ਦਿਨ ਕਿੰਨੀ ਤਰੀਕ ਨੂੰ ਪੂਰੇ ਹੁੰਦੇ ਆ? ਇਹ ਦਿਨ ਹੈ 25 ਤਰੀਕ ਦਿਨ ਪੂਰੇ ਜੀ। ਅੱਜ 21 ਹੈ, 4 ਦਿਨ ਇਹ ਰਹਿ ਗਏ ਤੇ ਕੁਝ ਦਿਨ ਉੱਤੇ ਵੀ ਲੈ ਸਕਦੀ ਹੈ? ਹਾਂਜੀ, ਪਸ਼ੂ ਲੈ ਵੀ ਸਕਦਾ, ਗਰਮੀ ਕਰਕੇ ਟਾਈਮ ਵੀ ਦੋ ਵੱਧ ਲੈ ਸਕਦਾ, ਘੱਟ ਵੀ ਆ। ਠੀਕ ਹੈ। ਅੱਛਾ, ਇਹਦਾ ਆਪਾਂ ਰੇਟ ਕੀ ਰੱਖਦੇ ਹਾਂ ਜੀ? ਰੇਟ 'ਚ ਆਪਾਂ ਫੋਨ 'ਤੇ ਗੱਲ ਕਰ ਲਾਂਗੇ ਜੀ। ਫੋਨ 'ਤੇ ਗੱਲ ਕਰ ਲਾਂਗੇ ਜੀ। ਠੀਕ ਹੈ, ਤੋਰ ਕੇ ਦਿਖਾਉਂਦੇ ਹਾਂ ਜੀ ਆਪਾਂ, ਇੱਕ ਮਿੰਟ ਖੜੀ ਰਹਿਣ ਦਿਓ ਜੀ। ਸੋ ਦੱਸੋ ਹਵਾਨਾ ਤੁਹਾਨੂੰ ਮੈਂ ਪਹਿਲਾਂ ਦਿਖਾ ਚੁੱਕਿਆ, ਥਣ ਮੈਂ ਤੁਹਾਨੂੰ ਇੱਥੋਂ ਫੇਰ ਦਿਖਾਉਣਾ। ਅਗਲੇ ਥਣ ਤੁਹਾਨੂੰ ਹੁਣ ਨਜ਼ਰ ਆ ਰਹੇ ਆ, ਪਿਛਲੇ ਥਣ ਦਾ ਸਾਇਜ ਨੈਚੁਰਲੀ ਆ, ਮੱਝ ਦਾ ਪਿਛਲਾ ਥਣ ਹਮੇਸ਼ਾ ਹੀ ਅਗਲੇ ਨਾਲੋਂ ਲੰਬਾਈ 'ਚ ਹੁੰਦਾ, ਚੰਗਾ ਹੁੰਦਾ। ਉਹ ਤੁਸੀਂ ਇੱਥੋਂ ਇਹਦੇ ਥਣਾਂ ਦਾ ਸਾਇਜ਼ ਦੇਖ ਸਕਦੇ ਹੋ, ਅਗਾੜੀ ਵੀ ਚੰਗੀ ਹੈ। ਰੇਟ ਕਈ ਵੀਰ ਕਹਿੰਦੇ ਆ ਵੀ ਵੀਡੀਓ ਦੇਖਣ ਦਾ ਸਵਾਦ ਨਹੀਂ ਆਉਂਦਾ ਜੇ ਆਪਾਂ ਵੀਡੀਓ ਦੇ ਵਿੱਚ ਰੇਟ ਨਹੀਂ ਹੁੰਦਾ, ਤਾਂ ਇੱਕ ਬੇਨਤੀ ਹੈ, ਕੁਝ ਕੁ ਘਰ ਇੱਦਾਂ ਦੇ ਹੁੰਦੇ ਆ ਜਿਵੇਂ ਹੁਣ ਇਸ ਪਰਿਵਾਰ ਕੋਲ ਮੈਂ ਆਇਆ ਤਾਂ ਇਹਨਾਂ ਨੇ ਹਜੇ ਤੱਕ ਕਿਸੇ ਨਾ ਤਾਂ ਕਿਸੇ ਵੀਰ ਦੀ ਰਾਇ ਹੀ ਲਈ ਹੈ ਵੀ ਇਹਦਾ ਰੇਟ ਕੀ ਰੱਖਣਾ ਚਾਹੀਦਾ, ਨਾ ਇਹਨਾਂ ਨੇ ਤੱਕੀ ਆ ਝੋਟੀ। ਆਪਾਂ ਰੇਟ ਵੀਡੀਓ 'ਚ ਕਰ ਦਿੰਦੇ ਹਾਂ, ਮਿਹਨਤ ਕੀਤੀ ਹੈ ਇਹਨਾਂ ਨੇ, 2-3 ਸਾਲ ਇਸ ਝੋਟੀ ਨੂੰ ਸਾਂਭਿਆ। ਅੱਜ ਆਪਣੀ ਗਲਤੀ ਨਾਲ ਕਈ ਵਾਰ ਰੇਟ ਘੱਟ ਹੋ ਜੇ ਤਾਂ ਫਿਰ ਲੌਸ ਹੁੰਦਾ ਅਗਲੇ ਦਾ। ਜਿਹਨੇ ਖਰੀਦਣੀ ਹੈ ਉਹਨੇ ਇੱਕ ਫੋਨ ਕਰਕੇ ਰੇਟ ਪਤਾ ਕਰ ਲੈਣਾ, ਜਿਹਨੂੰ ਝੋਟੀ ਪਸੰਦ ਹੋਈ ਤਾਂ ਜਦੋਂ ਤੁਸੀਂ ਇਹਦੀ ਵੀਡੀਓ ਅਪਲੋਡ ਹੋਣੀ ਹੈ ਉਦੋਂ ਤੱਕ ਪਰਿਵਾਰ ਨੇ ਰਾਇ ਵੀ ਕਰ ਲੈਣੀ ਹੈ ਵੀ ਮੁੱਲ ਕੀ ਰੱਖਣਾ। ਦੂਜਾ, ਇਹਨਾਂ ਨੇ ਪਿੰਡ 'ਚੋਂ ਵੀ ਕਈ ਵਾਰ ਕੁਛ ਮਾਹਰ ਵੀਰ ਹੁੰਦੇ, ਉਹਨਾਂ ਤੋਂ ਤਕਾਇਆ ਜਾਂਦਾ ਪਸ਼ੂ। ਸੋ ਦੱਸੋ ਰੇਟ ਫੋਨ 'ਤੇ ਰਹੂਗਾ, ਆਓ ਤੋਰ ਕੇ ਦਿਖਾਉਂਦੇ ਹਾਂ। ਝੋਟੀ ਸਾਫ਼ ਸੁਥਰੀ ਹੈ, ਸੋਹਣੀ ਸੁਨੱਖੀ ਹੈ, ਪਸੰਦ ਜਿਹਨੂੰ ਹੋਊ ਉਹ ਵੀਰ ਖਰੀਦ ਲਿਓ। ਸੋ ਦੱਸੋ ਹੁਣ ਤੁਸੀਂ ਇਹਦਾ ਢਾਂਚਾ ਝੋਟੀ ਦਾ ਦੇਖ ਲਓ, ਕੱਦ ਕੱਠ ਦਰਮਿਆਨੇ 'ਚ ਹੈ, ਸਿੰਗਾਂ ਦੀ ਕੁੰਡੀ ਹੈ, ਬਿਲਕੁਲ ਸਿੰਗ ਕੱਟਣ ਲੱਗਿਆਂ ਨੇ, ਥੋੜ੍ਹਾ ਜਿਹਾ ਜ਼ਰੂਰ ਦੂਰ ਤੋਂ ਕੱਟਤਾ ਇਹਦਾ ਸਿਰ 'ਚ ਦੇ ਨਾਲ ਲੱਗਦਾ ਹੋਣਾ, ਪਰ ਉਹ ਸੋਹਣੀ ਹੈ ਝੋਟੀ ਹਰੇਕ ਪੱਖ ਤੋਂ। ਹਵਾਨਾ ਵੀ ਦੱਸੋ ਸਾਫ਼ ਸੁਥਰਾ ਦਿਖਾ ਰਹੀ ਹੈ, ਬਾਕੀ ਤੁਸੀਂ ਆ ਕੇ ਵੀ ਦੇਖੋਗੇ ਤੁਹਾਨੂੰ ਇਹ ਚੀਜ਼ ਪਸੰਦ ਆਊਗੀ। ਢਾਂਚਾ ਇਹਦਾ ਦੇਖ ਸਕਦੇ ਹੋ, ਇਹਦਾ ਰੇਟ ਫੋਨ 'ਤੇ ਹੈ, ਬਾਕੀ ਤੁਸੀਂ ਆ ਕੇ ਇਸ ਝੋਟੀ ਨੂੰ ਜ਼ਰੂਰ ਦੇਖੋ ਜੇ ਕੋਈ ਵੀਰ ਪਸੰਦ ਕਰਦਾ। ਸੋ ਨੰਬਰ ਅੰਕਲ ਜੀ ਹੋਰਾਂ ਦਾ ਮੈਂ ਰੂਟੀਨ 'ਚ ਜਿਹੜਾ ਉਹ ਜਿੰਨਾ ਚਿਰ ਵੀਡੀਓ ਚੱਲੂਗੀ ਸਕਰੀਨ 'ਤੇ ਚੱਲਦਾ ਰਹਿਣਾ, ਸੋ ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਲੈ ਚਲੋ ਜੀ। ਸੋ ਦੱਸੋ ਇਹ ਸ਼ਰੀਫ ਜਿਹਾ ਪਰਿਵਾਰ ਹੈ, ਜਿਹੜਾ ਵੀਰ ਖਰੀਦਣਾ ਚਾਹੇ ਪਲੀਜ਼ ਉਹੀ ਕੰਟੈਕਟ ਕਰਿਓ, ਗੋਆ ਕਰ ਲੈਣ ਦਿਓ, ਰੋਕ ਲਓ ਜੀ। ਸੋ ਹੁਣ ਫਿਰ ਤੁਸੀਂ ਇਹਦਾ ਹਵਾਨਾ ਦੱਸੋ ਦੇਖ ਲਓ ਜੀ, ਚੌੜਾ ਹਵਾਨਾ ਹੈ, ਥਣ ਦਾ ਸਾਇਜ਼ ਵੀ ਸੋਹਣਾ, ਉਮੀਦ ਹੈ ਸੋਹਣਾ ਦੁੱਧ ਇਹ ਝੋਟੀ ਪਾਊਗੀ। ਧੰਨਵਾਦ ਵੀਡੀਓ ਦੇਖਣ ਵਾਸਤੇ।